ਕੇਂਦਰ ਸਰਕਾਰ ਦੇ ਸਾਰਥਕ ਯਤਨ ਨਾਲ ਦੇਸ਼ ਵਿੱਚ ਕਪੜਾ ਉਦਯੋਗ ਵਿੱਚ ਪੀਐਲਆਈ ਵਰਗੀਆਂ ਯੋਜਨਾਵਾਂ ਦੇ ਲਾਗੂ ਹੋਣ ਨਾਲ ਇਸ ਖੇਤਰ ਵਿੱਚ ਆਲਮੀ ਪੱਧਰ ਤੇ ਰੋਜ਼ਗਾਰ, ਵਪਾਰ ਅਤੇ کاروبਨੀਆਂ ਸੰਭਾਵਨਾਵਾਂ ਵਿੱਚ ਵਾਧੀਆਂ ਨੇ। ਕੇਂਦਰੀ ਕਪੜਾ ਰਾਜमंत्री ਦਰਸ਼ਨਾ ਜਗਦੋਸ਼ ਨੇ ਦੂਰਦਰਸ਼ਨ ਨਾਲ ਇੱਕ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੇ ਕੁੱਲ ਕਰੇਲੂ ਉਤਪਾਦਨ ਵਿੱਚ ਕਪੜਾ ਖੇਤਰ ਦੀ 2.3% ਹਿੱਸੇਦਾਰੀ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ 7 ਪੀਐਮ ਮਿੱਤਰ ਪਾਰਕ ਬਣਾਏ ਜਾ ਰਹੇ ਨੇ ਜਿਸ ਵਿੱਚ ਔਰਤਾਂ ਅਤੇ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਰੋਜ਼ਗਾਰ ਮਿਲ ਰਿਹਾ ਹੈ। ਉਨਾਂ ਕੇ ਕਪੜਾ ਖੇਤਰ ਦਾ ਬਾਜ਼ਾਰ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ 11 ਤੋਂ 12 ਫੀਸਦੀ ਕਪੜੇ ਦੀ ਬਰਾਮਦ ਹੋਈ ਹੈ ਜਿਸ ਸਦਕਾ ਦੇਸ਼ ਨੇ 400 ਬਿਲੀਅਨ ਦੇ ਬਰਾਮਦ ਟਿਚ ਨੂੰ ਹਾਸਲ ਕੀਤਾ